ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਵਲੋਗ 'ਚ। ਅਤੇ ਅੱਜ ਭਾਅ ਜੀ ਤੁਹਾਨੂੰ ਦਿਖਾਉਂਗੇ ਤਾਲੇ ਦਾ ਕੰਮ ਜਿਹੜਾ ਆਪਾਂ ਕਰਦੇ ਹਾਂ। ਅਤੇ ਆਪਾਂ ਭਾਅ ਜੀ ਇੱਧਰ ਤੋਂ ਗਏ ਹਾਂ ਲਿਆ ਕੇ ਇੱਧਰ ਅੰਦਰ ਐਂਟਰ ਕਰੀਆਂ ਅਤੇ ਉਰੇ ਬਾਈ ਚਵਾਈ ਨੂੰ ਜਾਂਦੀਆਂ। ਅਤੇ ਆਹ ਇਹ ਬਾਈ ਫੱਟਾ ਕਾਂਟ ਵਾਲਾ ਬਟਨ ਦੱਬ ਕੇ ਰੱਖਣਾ ਪੈਂਦਾ ਅਤੇ ਇਹ ਲਾ ਦੇਣਾ ਅਤੇ ਅੰਦਰ ਵਾਲਿਆਂ ਨੇ ਇਹਨੂੰ ਬਟਨ ਅੰਦਰ ਵੀ ਆ ਅਤੇ ਦੱਬ ਦੱਬ ਕੇ ਗਾਹਾਂ ਕਰੀ ਜਾਣੀਆਂ ਗਏ ਅੰਦਰ ਐਂਟਰ ਹੋਈ ਜਾਣੀਆਂ। ਕਿਸੇ ਬਲੋਗ 'ਚ ਐਂਟਰੀ ਦਿਖਾਈ ਸੀ ਅੰਦਰ ਵਾਲੀ ਅਤੇ ਆਹ ਦੇਖ ਲਓ ਫੱਟਾ ਲੱਗ ਗਿਆ ਅਤੇ ਉੱਥੇ ਮੋਟਰ ਜਿਹਾ ਲੱਗਿਆ ਉਹ ਜਾਂ ਪੂਰਾ ਲੱਗ ਗਿਆ ਫਿਟਿੰਗ ਹੁੰਦੀ ਵੱਡੀ ਨੂੰ ਬਸ ਐਂ ਛੱਡ ਦੇਣਾ ਇਹ ਅਤੇ ਆਪਣਾ ਕੰਮ ਇਹੀ ਆ। ਇੱਧਰ ਤੋਂ ਗਏ ਆਈਆਂ ਬਾਈ ਉਹ ਗਰੁੱਪ ਦੀਆਂ ਉਹ ਚੋ ਹੋ ਗਿਆ ਅਤੇ ਉਹਦੇ ਤਿੰਨ ਗਰੁੱਪ ਪਰਲੇ ਪਾਸੇ ਜਿਹਨਾਂ ਦੀ ਚਵਾਈ ਹੋ ਗਈ ਆ ਲਾਸਟ ਗਰੁੱਪ ਚੌਥਾ ਗਰੁੱਪ ਅਤੇ ਇੱਧਰ ਤੋਂ ਐਂਟਰੀ ਆ ਗਿਆ ਦੀ ਅਤੇ ਪਹਿਲਾਂ ਇੱਧਰ ਨੂੰ ਲੰਘ ਕੇ ਗਈਆਂ ਅਤੇ ਆਪਣਾ ਕੰਮ ਹੈਗਾ ਹੋਰ ਉੱਧਰ ਗਾਇਆਂ ਦੇ ਟੀਕੇ ਟੂਕੇ ਰੱਖਦੇ ਚਵਾਈ ਤੋਂ ਬਾਅਦ ਨਾਲ ਲੱਗਦੀ ਟੀਕੇ ਰੱਖੀ ਜਾਂਦੇ ਜਿਹਨਾਂ ਦੇ ਅੰਦਰ ਲਾਈਟ ਬਲਦੀ ਆ ਸੈਂਸਰ ਸਿਸਟਮ ਕਰਿਆ ਵਾ ਬਾਈ ਗਲਾਂ 'ਚ ਪਾਇਆ ਹੋਈ ਅਤੇ ਬਾਕੀ ਤੁਹਾਨੂੰ ਆਪਣਾ ਕੰਮ ਦਿਖਾਉਂਦੇ ਆ ਅਤੇ ਆਹ ਹੈ ਬਾਈ ਰਸਪਿਟ ਆ ਅਤੇ ਤੁਸੀਂ ਗਾਹਾਂ ਜਾ ਕੇ ਖੁੱਲ੍ਹ ਜਾਂਦਾ ਅਤੇ ਇੱਥੇ ਐਨ ਪੂਰਾ ਚੱਲਦਾ ਇਹ ਸਾਈਡਾਂ ਪਰ ਨਿਸ਼ਾਨ ਜੇ ਲੱਗੇ ਬਾਈ ਅਤੇ ਇਹ ਬਾਈ ਗੁਫਾ ਤੱਕ ਲੈ ਜਾਂਦਾ ਅਤੇ ਸਵੇਰੇ ਇੱਕ ਸਾਈਡ ਚਲੇ ਜਾਂਦੀ ਹੈ ਇੱਕ ਸਾਈਡ ਦੀ ਮੁੜ ਆਉਂਦੀ ਆ ਦੋਨੋਂ ਸਾਈਡ ਆ ਚੈਨ ਜੀ ਚੈਨ ਸਿਸਟਮ ਮੋਟਰ ਲੱਗੀ ਹੋਈ ਆ ਅਤੇ ਸਵੇਰੇ ਸੁਬਹਾ ਸ਼ਾਮ ਆ ਕੇ ਬਾਈ ਰਸਪੀਤੇ ਚਲਾਉਣੇ ਬਟਨ ਦੱਬਣਾ ਉਹ ਵੀ ਬਾਈ ਥੋੜ੍ਹੇ ਨਿਗਰਾਨੀ ਵਾਲਾ ਕੰਮ ਆ ਦੇਖਣਾ ਹੁਣ ਉਰੇ ਗਏ ਹਾਂ ਬੈਠੀਆਂ ਆਹ ਬੈਠਣ ਇਹਨੂੰ ਆ ਗਏ ਅਤੇ ਪੂਰੀ ਗਏ 6 ਫੁੱਟ ਦੀ ਜਗ੍ਹਾ ਏ ਇੱਕ ਗਏ ਦੇ ਬੈਠਣ ਇੱਥੇ ਫਿਰ ਉਹ ਤੋਂ ਬਾਅਦ ਡੰਡਾ ਪੈਪ ਲੱਗਿਆ ਵਾ ਫਿਰ 6 ਫੁੱਟ ਦੀ ਜਗ੍ਹਾ ਅਤੇ ਇਹਦੇ ਪਰ ਬਾਈ ਗੁਫਾ ਹੇਠਾਂ ਹੀ ਕਰਦੀਆਂ ਇਹ ਹਰਸ਼ਵੀਰ ਨੂੰ ਮੈਂ ਵੀਡੀਓ ਗੱਲਬਾਤ ਦਿਖਾਇਆ ਅਤੇ ਉਹ ਕਹਿੰਦਾ ਕਹਿੰਦਾ ਤੂੰ ਫਿਰ ਕਹਿੰਦਾ 800 ਗਏ ਦੇ ਹੇਠਾਂ ਫੜੋ ਫਿਰ ਉਹਦੇ ਫੋਟੋ ਨਹੀਂ ਬਾਈ ਫਿਰਨਾ ਪੈਂਦਾ ਤਾਂ ਹੀ ਕਰਕੇ ਮੈਂ ਬਲੌਗ ਪੂਰਾ ਤਸੱਲੀ ਨਾਲ ਬਣਾਉਣ ਲੱਗਿਆ ਹੁਣ ਵੀਰੇ ਕੋਈ ਫੋੜਾ ਨਹੀਂ ਫੇਰਨਾ ਆਪਾਂ ਨੇ ਬਸ ਗੁਫਾ ਇੱਧਰ ਗਿਰੀ ਜਾਣਾ ਹੇਠਾਂ ਇਹਨਾਂ ਪੂਰੀ ਪੂਰੀ ਬੈਠਣੀ ਜਗ੍ਹਾ ਹੈ ਅਤੇ ਬਾਕੀ ਜਿੱਥੇ ਗਿੱਲਾ ਹੈ ਮਾੜਾ ਮੋਟਾ ਆਹ ਸੁੱਕਾ ਗੁਫਾ ਉਹ ਵੀ ਤੁਹਾਨੂੰ ਅਗਲੇ ਬਲੌਗ 'ਚ ਦਿਖਾਊਂਗਾ ਆਹ ਹੇਠਾਂ ਬਾਈ ਗੁਫਾ ਸੁਕਾ ਕੇ ਹੀ ਪਾਇਆ ਵਾ ਇਹਨਾਂ ਨੇ ਅਤੇ ਇਹਦੇ 'ਚ ਬਾਈ ਗੁਫਾ ਗਿਰੀ ਜਾਂਦਾ ਗਾਇਆ ਬੈਠੀ ਜਾਂਦੀ ਹੈ ਅਤੇ ਇੱਧਰ ਆਹ ਚਵਾਈ 'ਤੇ ਹੋ ਕੇ ਆ ਰਹੀਆਂ ਮੁੜਦੀਆਂ ਆਹ ਸਾਰੀਆਂ ਚਵਾਈ 'ਤੇ ਜਿਹੜਾ ਆ ਉਹਦੇ ਉੱਥੇ ਡੰਡਾ ਜਿਹਾ ਲੱਗ ਜਾਂਦਾ ਗਾਇਆ ਇੱਧਰ ਕੱਢ ਲੈਂਦੇ ਜਿਹੜੀ ਬਵਾਂ ਰਾਜਾ ਜੀ ਦਾ ਟੀਕਾ ਲੱਗਣਾ ਅਤੇ ਬਾਕੀ ਹਰੇਕ ਉਹਦੇ 200 ਗਏ ਆ ਗਰੁੱਪ 'ਚ 4 ਗਰੁੱਪ ਆ ਅਤੇ 35-40 ਗਏ ਆ ਕੋਈ ਸੂਈ ਵੀ ਆ ਕੋਈ ਬਿਮਾਰ ਆ ਉਹ ਲੱਗ ਰੱਖੀਆਂ ਵੀ ਆ ਉਹ ਬਾਹਰ ਆ ਉਹਨਾਂ ਨੂੰ ਵੀ ਸਭ ਤੋਂ ਅੰਡੇ 'ਚ ਆਉਂਦੇ ਆ ਅਤੇ ਉਹਨਾਂ ਦਾ ਦੁੱਧ ਜਿਹੜੀਆਂ ਵਿੱਚ ਨਹੀਂ ਪਾਉਣੇ ਵਾਲਾ ਉਹ ਡੋਲਦੇ ਆ ਅਤੇ ਬਾਕੀ ਆ ਰਹੀਆਂ ਗਏ ਆ ਬਾਈ ਚਵਾਈ ਹੋ ਕੇ ਅਤੇ ਆਹ ਆਪਣਾ ਕੰਮ ਹੋ ਗਿਆ ਬਸ ਬਟਨ ਦੱਬਣਾ ਆਪਾਂ ਨੇ ਜਿਹਨੇ ਰਸਪੇਚੇ ਨੇ ਸਾਰਾ ਗੁਫਾ ਧੱਕ ਕੇ ਉੱਧਰ ਖਾਲ ਜੀ ਆ ਉਹਦੇ 'ਚ ਗੇਰ ਲੈਣਾ ਅਤੇ ਆਪਣਾ ਕੰਮ ਆਹ ਆਹ ਰਾਹ ਏ ਜਿੱਥੇ ਨੂੰ ਗਏ ਆਉਂਦੀਆਂ ਇੱਧਰਲੇ ਗਰੁੱਪਾਂ ਦੀਆਂ ਇੰਨੇ ਕੁ 'ਚ ਨੂੰ ਅਤੇ ਇੱਥੇ ਇੰਨੇ ਕੁ 'ਚ ਨੂੰ ਜਾਂਦੀਆਂ ਅਤੇ ਐਂ ਜਾ ਜਾ ਉਹ ਗਰੁੱਪ ਦਾ ਗੇਟ ਖੋਲ੍ਹਦਾ ਨਹੀਂ ਕਜੇਲੀ ਕਹਿੰਦੇ ਹਾਂ ਆਪਾਂ ਗੇਟ ਕਹਿ ਦਿੰਦੇ ਹਾਂ ਇਹਨੂੰ ਕਜੇਲੀ ਕਹਿੰਦੇ ਹਾਂ ਟਾਲੀਆਂ ਨੇ ਅਤੇ ਇਹ ਖੁੱਲ੍ਹੀ ਜਾਣੀ ਉਹਨਾਂ ਨੇ ਐਂਟਰ ਹੋਈ ਜਾਣਾ ਇੱਧਰ 'ਤੇ ਵਾੜ ਕੇ ਆਪਣੇ ਸਿੱਧੀ ਅੰਦਰ ਕਰ ਦੇਣੀ ਐਂਟਰ ਅਤੇ ਇੱਧਰ ਨੂੰ ਜਾਈ ਜਾਣਾ ਅਤੇ ਪਿੱਛੇ ਵਾਲੇ ਮੈਂ ਧੋਤੇ ਅਤੇ ਇੱਥੇ ਵੀ ਧੋਣੇ ਆ ਇਹ ਧੋਣਾ ਜਿੱਥੇ ਲੰਘ ਕੇ ਗਈਆਂ ਗੋਹਾ ਗੂਹਾ ਕਰੀ ਜਾਂਦੀ
ਜੇ ਜ਼ਿਆਦਾ ਗੋਹਾ ਤਾਂ ਥੋੜ੍ਹੇ ਨਾਲ ਹਟਾ ਦੇਣਾ ਮਾੜਾ ਮੋਟਾ, ਹੈਡਾਂ ਨੂੰ ਗੇਰ ਦੇਣਾ ਜਿੱਧਰ, ਇੱਕ ਆਹ ਚੱਲਦੀ ਨਾਫ ਕਰੋ ਗੋਹਾ ਖਿੱਚ ਵੀ, ਇੱਕ ਇੱਧਰ 15-15 ਫੁੱਟ ਦੇ ਆ ਬਾਈ ਇਹ ਖਾਨੇ ਜੇ ਹਰੇਕ, ਉਹਦੇ ਬਾਅਦ ਫਿਰ ਨਾਫ ਕਰਵਾ ਜਾਂਦੀ ਹੈ ਤਾਂ ਜੋ ਇਹਨਾਂ ਦਾ ਗੋਹਾ ਸਾਰਾ ਵਿੱਚ ਪਈ ਜਾਂਦਾ। 5-6 ਆਏ ਬਾਈ ਧੋਣੇ ਨੂੰ, ਫਿਰ ਇੱਦਾਂ ਪ੍ਰੈਸ਼ਰ ਮਾਰਨਾ ਗਾਇਆ ਐਂਟਰ ਕਰਕੇ ਇੱਧਰ ਗਾਇਆ ਵੀ ਅੰਦਰ ਬਾਈ ਮੈਂ ਹੀ ਵਾੜਨੀ ਹੈ ਅਤੇ ਜਿਹੜੀਆਂ ਨਿਕਲਦੀਆਂ ਉਹਨਾਂ ਦੀਆਂ ਜਿਹੜੀਆਂ ਮੈਂ ਹੀ ਖੋਲਣੀਆਂ ਗੇਟ, ਜਿਹਨਾਂ ਦੀ ਚੁਆਈ ਹੋਊਗੀ ਉਹਨਾਂ ਨੂੰ ਅਲੱਗ ਅਲੱਗ ਗਰੁੱਪਾਂ 'ਚ ਵਾੜਨਾ, ਇੱਧਰ ਵਾਲਿਆਂ ਦੀ ਚੁਆਈ ਹੋਊਗੀ। ਇਹ ਕੱਖ ਖਾ ਰਹੀਆਂ ਆਪਣੇ, ਅਤੇ ਪਿਛਲੇ ਬਲੌਗ 'ਚ ਮੈਂ ਦਿਖਾਇਆ ਤਾ ਥੋੜ੍ਹਾ ਜਿਹਾ ਹਨੇਰਾ ਤਾਂ ਸਵੇਰ ਦਾ ਟਾਈਮ ਤਾਂ, ਅਤੇ ਇੱਧਰ ਆਹ ਕੱਖ ਆ ਜਿਹੜੇ ਧੱਕਣ ਮਸ਼ੀਨ ਨਾਲ, ਮਸ਼ੀਨ ਨਾਲ ਉਹਦੇ ਨੂੰ ਕਰੀ ਜਾਣੇ ਖਾ ਲੈਂਦੀਆਂ, ਮੈਂ ਪਿੱਛੇ ਪਏ ਰਹਿ ਜਾਂਦੇ ਮਸ਼ੀਨ ਨਾਲ ਧੱਕ ਦੇਣੇ, ਦੋਨੋਂ ਟਾਈਮ ਮੈਂ ਮਸ਼ੀਨ ਨਾਲ ਧੱਕਣੇ ਆ ਅਤੇ ਗੈਂਟਰ ਕਰਨੀ ਆ ਅਤੇ ਆਹ ਧੋਣੇ ਆ ਪੀਲੇ, ਅਤੇ ਪਾਣੀ ਵਾਲੇ ਬਕਸੇ ਜਿਹੜੇ ਦਿਖਾਏ ਤੇ ਵੀਡੀਓ 'ਚ ਉਹ ਸਾਫ ਕਰਨੇ, ਆਪਣਾ ਇੰਨਾ ਕੰਮ ਆ। ਯਾਨੀ 6-7 ਘੰਟੇ ਲੱਗ ਜਾਂਦੇ ਆ ਬਾਈ ਸਵੇਰ ਦੇ, ਆਪਣਾ 2:30 ਦੇ ਚੁਆਈ ਸਟਾਰਟ ਕਰਦੇ ਹਾਂ ਦੋਨੋਂ ਟਾਈਮ, ਸ਼ਾਮ ਨੂੰ ਵੀ 2:30 ਅਤੇ ਸਵੇਰੇ ਵੀ 8:00 ਦੇ ਕਰੀਬ ਦੋਨੋਂ ਟਾਈਮ ਵਿਹਲੇ ਹੁੰਦੇ, 8:30 ਘਰਾਂ ਪਹੁੰਚ ਜਾਈਦਾ। ਬਾਕੀ ਆਹੀ ਆਪਣਾ ਕੰਮ ਆ, ਬਾਕੀ ਅੰਦਰ ਵਾਲਾ ਤੁਹਾਨੂੰ ਪਿਛਲੇ ਬਲੌਗ 'ਚ ਦਿਖਾਇਆ ਤਾ, ਕੰਮ ਕੋਈ ਉਹ ਨਹੀਂ ਹੈ, ਠੀਕ ਆ ਵਧੀਆ ਹੈ। ਅਤੇ ਹਰਜੀਤ ਤਾਂ ਤੁਸੀਂ ਦੇਖਿਆ ਇਹ ਚੁਆਈ ਕਰਾਉਣਾ, ਅਤੇ ਮੇਰਾ ਕੰਮ ਧੋ ਧੋਈਏ ਦਾ ਵਾ, ਸਾਫ਼ ਸਫਾਈ ਦਾ, ਇੱਦਾਂ ਪਾਣੀ ਮਰ ਜਾਣਾ ਇਹਨੇ ਨਾਸਰ ਵਾਲੀ ਦੇ ਵਿੱਚ ਜਾ ਕੇ ਪੈ ਜਾਣਾ, ਉਹਦੇ ਬਾਅਦ ਰਸਪੀਤਾ ਚਲਾ ਦੇਣਾ ਸਾਰਾ ਪਾਣੀ ਹਟਾ ਕੇ, ਜਿੱਥੇ ਗੁਫਾ ਸਿਖਾਉਂਦੇ ਹਾਂ ਉਹਦੇ 'ਚ ਲੈ ਜਾਣਾ ਇਹਨੇ। ਗੁਫਾ ਸਿਖਾਉਣ ਵਾਲਾ ਪ੍ਰੋਜੈਕਟ ਬਾਈ ਬਹੁਤ ਵਧੀਆ ਇਹਨਾਂ ਦਾ, ਨਹੀਂ ਤਾਂ ਸਤਾਲਿਆਂ 'ਚ ਪਾਲੀਆ ਵਿਛਾਉਂਦੇ ਆ ਪਰਾਲੀ ਜੀ, ਇਹਨੂੰ ਆਪਾਂ ਪਰਾਲੀ ਕਹਿ ਦਿੰਦੇ ਹਾਂ, ਉਹ ਪੈ ਗਿਆ ਡੰਗਰਾਂ ਨੂੰ ਪਾਉਂਦੇ ਆ। ਆਹ ਵੀ ਬਿਮਾਰ ਆ ਬਾਈ, ਇਹ ਵੀ ਇਹ ਅਲੱਗ ਕੱਢੀਆਂ ਵੀ ਜਿਹਨਾਂ ਨੂੰ ਪਿਆਉਂਦੇ ਨਹੀਂ, ਉੱਦਾਂ ਸੂਣੇ ਵਾਲੀਆਂ ਇਹ ਬਾਕਸੇ 'ਚ ਅਲੱਗ ਆ, ਇਹਦੀਆਂ ਸੂਣੇ ਵਾਲੀਆਂ 100-150 ਗਾਂ ਬਾਈ ਉਹ ਅਲੱਗ ਰੱਖੀ ਵੀ ਆ, ਨਵੀਆਂ ਬੱਛੀਆਂ ਵਿੱਚ ਗਾਂ ਜਿਹੜਾ ਦੁੱਧ 'ਤੇ ਹਟਾਈਆਂ ਹੋਈਆਂ ਉਹ ਆ, ਉਹ ਸਾਰਾ ਤੁਹਾਨੂੰ ਦਿਖਾਉਣਾ ਬਲੌਗ। ਬਾਕੀ ਸਾਲੇ ਦਾ ਕੰਮ ਹੈ ਵਧੀਆ ਬਾਈ, ਕਈ ਵੀਰ ਆਪਣੇ ਫੈਕਟਰੀਆਂ 'ਚ ਕਰੀ ਜਾਂਦੇ ਆ ਜਿਹਦਾ ਜੀ ਬਾਈ, ਇਹ ਜੁਗਤਰ ਆ ਅਤੇ ਇੱਧਰ ਆ ਵਾਪਸੀ ਗਏ ਆ, ਇਹਦੇ ਨਾਲ ਘੁੰਮਣ ਲੱਗ ਗਿਆ ਬਾਈ, ਕਹਿੰਦਾ ਰੁਕ ਗਿਆ ਬਾਈ 40-40 ਗਏ ਚੜ੍ਹਦੀਆਂ ਬਾਈ ਜੀ, ਅਤੇ ਇਹਦਾ ਇੱਕ ਗੇੜਾ 10 ਮਿੰਟ ਦੇ ਵਿੱਚ ਆਉਂਦਾ, ਮੂਹਰੇ ਪਾਣੀ ਲਾਇਆ ਵਾ, ਪਾਣੀ ਦਾ ਪ੍ਰੈਸ਼ਰ ਵੱਜਦਾ ਅਤੇ ਗੈਂ ਵਿੱਚ ਉੱਤਰੀ ਜਾਂਦੀ ਹੈ, ਸਿਸਟਮ ਲਾਇਆ ਵਾ। ਚਵਾਈ ਹੋ ਗਈ 10 ਮਿੰਟ ਦੇ ਵਿੱਚ ਵਿੱਚ ਹੋ ਜਾਂਦੀ ਤਕਰੀਬਨ, ਕੋਈ ਗਏ ਆ ਬਾਈ ਜਿਹਦਾ ਦੁੱਧ ਜ਼ਿਆਦਾ ਹੁੰਦਾ 35-40 ਲੀਟਰ ਤੱਕ ਚਲੇ ਜਾਂਦੀਆਂ ਗਏ ਆ। ਉਹੀ 10 ਮਿੰਟ ਦੇ ਵੱਧ ਟਾਈਮ ਲੈ ਜਾਂਦੀਆਂ, ਨਹੀਂ ਤਾਂ 10 ਮਿੰਟ ਦੇ ਵਿੱਚ ਵਿੱਚ ਚੋ ਹੋ ਜਾਂਦੀਆਂ ਬਾਈ ਸਾਰੀਆਂ ਗਏ, ਅਤੇ ਆਹ ਮੀਟਰ ਲੱਗਿਆ ਵਾ ਅਤੇ ਮੀਟਰ 'ਤੇ ਨੰਬਰ ਆਉਂਦਾ ਅਤੇ ਦੁੱਧ ਆ ਜਾਂਦਾ, ਅਤੇ
ਜਿਹੜੇ ਆਹ ਨੰਬਰ ਆ ਇਹ ਥਾਣਾ ਦੇ 1, 2, 3 ਤੇ 4 ਨੰਬਰ, ਜੇ ਅੱਗੇ ਹੇਠਾਂ ਲਾਲ ਲਾਈਟ ਬਲਦੀ ਸਮਝੋ ਥਾਣਾ ਬੰਦ ਆ, ਉਹਦੇ ਤੱਕਾ ਨਹੀਂ ਲੱਗਣਾ, ਇਹ ਸਿੰਪਲ ਆ। ਤੇ ਉੱਪਰ ਡਰੰਮੀ ਦਾ ਵੀ ਬਾਹਰ ਚੋਣੀ ਆ, ਜੇ ਐਂਟੀਬਾਇਟਿਕ ਦਵਾਈ ਲੱਗੀ ਜੀ, ਤੇ ਸਾਰੇ ਅਲੱਗ ਅਲੱਗ ਨਿਸ਼ਾਨ ਨੇ। ਡਰੰਮ ਜਿਹਾ ਬਣਾਇਆ ਉਹ ਦੁੱਧ ਦਾ, ਦੁੱਧ ਘੱਟ ਵੱਧ ਦਿੱਤਾ ਗਿਆ, ਉਹਦੇ ਤੇ ਨਿਸ਼ਾਨ ਆ ਜਾਣਾ ਮੀਟਰ ਦੇ, ਸਾਰਾ ਨੰਬਰ ਚੜੇ ਹੋਏ ਨੰਬਰ ਦੇ ਹਿਸਾਬ ਨਾਲ ਵੀ ਕਿਹੜੇ ਟਾਈਮ ਕਿੰਨਾ ਦੁੱਧ ਦਿੱਤਾ, ਤੇ ਕਈਆਂ ਦੇ ਵੀ ਥਣ ਛੋਟੇ ਉਹਨਾਂ ਦੇ ਤਾਂ ਢੁੱਡੀ ਰਸਤੇ ਕਰਦਾ ਵੀ ਜਾਣਾ ਪੈਂਦਾ, ਪੜਾਉਣ ਵਾਸਤੇ ਨਹੀਂ ਗਿਰੀ ਜਾਂਦਾ ਹੇਠਾਂ। ਇਹਨੇ ਹਲੇ 4 ਲੀਟਰ ਦਿੱਤਾ, ਐਂਟੀਬਾਇਓਟਿਕ ਲੱਗੇ ਵੀ ਦੁੱਧ ਹੁਣ ਅੱਜ ਅੰਦਰ ਚੋਇਆ ਨਹੀਂ ਬਾਹਰ ਚੋਂਦੇ ਆ, ਹੁਣ ਸਾਫ਼ ਹੁੰਦੇ ਸੈਂਪਲ ਚੈੱਕ ਕਰਾਇਆ ਗਾ, ਸੈਂਪਲ ਜਾਂਦਾ ਬਾਈ ਵਿੱਚ ਚੋਣ ਤੋਂ ਪਹਿਲਾਂ ਨਹੀਂ ਬਾਹਰ ਚੋਣ ਹੁੰਦੀ ਹੈ। ਇੱਥੇ ਗਰੁੱਪ ਖਤਮ ਆ, ਜਦੋਂ ਗਰੁੱਪ ਖਤਮ ਹੋ ਗਿਆ ਤਾਂ 2 ਛੱਡ ਦੇਣੇ, ਫਿਰ ਉਹਦੇ ਬਾਅਦ ਮੈਂ ਗਿਆ ਲੈ ਜਾਣੀ ਆ ਗਰੁੱਪ ਖਤਮ ਹੋਏ ਤਾਂ, ਦੂਜਾ ਗਰੁੱਪ ਬੰਦ ਕਰਕੇ ਦੂਜੇ ਦੀ ਕਹਿੰਦੀ ਖੋਲ ਲੈਣੀ, ਜਿਹੜਾ ਆ ਚੱਲਦਾ 2 ਨੰਬਰ ਚੱਲਦਾ, 1 ਨੰਬਰ ਖਤਮ ਹੋ ਜਾਣਾ। ਬਾਕੀ ਜਿਹੜੀ ਚੋਣੀ ਹੁੰਦੀ ਉਹਦੀ ਸਿਰੇ ਪਰ ਜਾ ਕੇ ਰੋਕ ਲੈਣਾ, ਆਹ ਬਾਈ ਪਾਲੀਗਾ ਕਣਕ ਵਾਲਾ, ਤੇ ਆਹ ਮਸ਼ੀਨ ਜਿਹੜੀ ਆ ਪਾਉਂਦੀ ਆ ਕਾਰੋ ਸਾਈਡ ਜੇ, ਆਹ ਦੇਖੋ ਫੱਟਾ ਜਿਹਾ ਲੱਗਿਆ ਵਾ ਸਾਈਡ ਪਰ, ਤੇ ਉਹ ਮਸ਼ੀਨ ਨਾਲ ਸਾਰਾ ਕੁਛ ਚੱਕ ਚੱਕ ਕੇ ਵਿੱਚ ਪਾਈ ਜਾਣਾ, ਇਹਦੇ ਆਹ ਪਿੜੀ ਜੀ ਕਰੇਨ ਆ ਜਿਹੜੀ ਆ ਸਾਹਮਣੇ, ਇਹਦੇ ਚ ਸਾਰਾ ਇਹਦੇ ਵਿੱਚ ਪੈ ਜਾਣਾ, ਟੁੱਕਾ ਟੁੱਕ ਹੋ ਕੇ ਰਲਾ ਕੇ ਪੂਰਾ ਐਨ ਬਰੀਕ ਪਾਊਡਰ ਜਿਹਾ ਤੁਸੀਂ ਦੇਖਿਓ ਜੀ, ਫੱਟੇ ਇਹੋ ਜਿਹੇ ਬਣਾਏ ਵੀ ਮੱਕੀ ਮੁੱਕੀ ਪਾ ਕੇ, ਉਹ ਵਿੱਚ ਗਿਰੀ ਜਾਣਾ ਬਈ ਇਹਨੇ ਮਸ਼ੀਨਾਂ, ਤੇ ਸਾਰਾ ਪਾ ਲਈਆ ਪਰਾਲੀ ਜਿਹਾ ਪਿਆ, ਤੇ ਆਹ ਦੇਖੋ ਟੋਕਾ, ਹਰੇਕ ਬਈ ਗਰੁੱਪ ਦੀ ਅਲੱਗ ਅਲੱਗ ਖੁਰਾਕ ਆ ਗਾਇਆਂ ਦੇ ਹਿਸਾਬ ਨਾਲ, ਤੇ ਆਹ 3 ਨੰਬਰ ਸਪੇਤਾ ਚਲਾ ਤਾ ਆਪਾਂ ਨੇ, ਤੇ ਨਾਲ ਪਾਣੀ ਛੱਡ ਦੇਣਾ ਪੰਪ, ਆਹ ਚੱਲ ਪਈ ਚੈਨ ਪਾਲੀਆ ਬਣਾ ਰਹੇ ਜੀ ਕਾਰੋ, ਤੇ ਸਾਰੇ ਟੁੱਕੇ ਹੋਏ ਟੁੱਕੇ ਨੂੰ ਵਿੱਚ ਉਹਦੇ ਚ ਬਈ ਅਲੱਗ ਅਲੱਗ ਮੱਕੀ ਕਣਕ ਕੁਣਕ ਟਿੱਡ ਜਿਹੜੇ ਉਹ ਡਰੰਮ ਲੱਗੇ ਹੋਏ 5-6, ਤੇ ਉਹ ਸਾਰੇ ਪਾਈਪਾਂ ਰਾਹੀਂ ਆ ਕੇ ਉਹਦੇ ਵਿੱਚ ਗਿਰਦੇ ਆ, ਤੇ ਸਾਰੀ ਕਾਰੋ ਤਿਆਰ ਹੁੰਦੀ ਆ। ਉੱਥੇ ਉਹਨਾਂ ਦਾ ਬੰਨ ਹੁੰਦਾ ਹਰੇਕ ਵੀ ਕਿੰਨੀ ਕਿੰਨੀ ਪਾਉਣੀ ਆ, ਮੰਨ ਲਓ ਵੀ ਉੱਧਰ ਪਹਿਲੇ ਸੂਏ ਵਾਲੀਆਂ ਗਏ ਆ ਉਹਨਾਂ ਨੂੰ ਖੁਰਾਕ ਕਿੰਨੀ ਪਾਉਣੀ ਆ, ਉਹ ਹਿਸਾਬ ਨਾਲ ਸਾਰੀਆਂ ਚੀਜ਼ਾਂ ਵੰਡ ਹੁੰਦੀਆਂ, ਤੇ ਤੀਜੇ ਸੂਏ ਵਾਲੇ ਜਿਹਨਾਂ ਜ਼ਿਆਦਾ ਦੁੱਧ ਉਹਨਾਂ ਨੂੰ ਖੁਰਾਕ ਵੀ ਵੱਧ ਪੈਂਦੀ ਆ। ਇਹ ਆ ਕਾਰੋ ਬਈ ਸਾਰੀ, ਉਹ ਕਾਰੋ ਬਣਦੀ ਆ ਜਿਹੜੇ ਆਪਣੇ ਮਸ਼ੀਨਾਂ ਆਈਆਂ ਛੋਟੀਆਂ ਛੋਟੀਆਂ ਗੱਠਾਂ ਬਣਾਉਂਦੀਆਂ, ਇਹ ਦੇਖੋ ਗੱਠ ਗੱਡੀ ਬਣਾਉਂਦੀਆਂ।